ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ। ਅਤੇ ਅੱਜ ਆਪਾਂ ਲੈ ਕੇ ਆਏ ਫ੍ਰੀ ਸ਼ੈਲ ਦਸਤਾਰ ਦੀ ਵੀਡੀਓ, ਫੁਲਾਵਟ ਵਾਲੀ ਦਸਤਾਰ ਬਿਨਾਂ ਬੇਸ ਤੋਂ। ਸੋ ਤੁਸੀਂ ਕੁਛ ਵੀ ਨਹੀਂ ਕਰਨਾ, ਆਪਣਾ ਸਿੰਪਲੀ ਸੈਂਟਰ ਵਿੱਚ ਜੂੜਾ ਕਰਨਾ ਹੈ। ਜੂੜਾ ਕਰਨ ਤੋਂ ਬਾਅਦ ਉਹਦੇ ਉੱਪਰ ਹਲਕਾ ਜਿਹਾ ਪਟਕਾ ਲਪੇਟ ਲੈਣਾ। ਮੈਂ ਬਿਲਕੁਲ ਢਿੱਲਾ ਜਿਹਾ ਪਟਕਾ ਲਪੇਟਿਆ ਹੋਇਆ, ਕਿਉਂਕਿ ਮੈਂ ਵੈਸੇ ਵੀ ਇਹਨੂੰ ਉੱਪਰ ਕਰ ਦੇਣਾ, ਕਿਉਂਕਿ 50 ਨਹੀਂ ਆਪਾਂ ਬਣ ਰਹੇ ਕੋਈ ਵੀ ਐਕਸਟਰਾ। ਸੋ ਤੁਸੀਂ ਵੀ ਇੱਦਾਂ ਹੀ ਬਣ ਸਕਦੇ ਹੋ, ਬਾਕੀ ਤੁਸੀਂ ਚਾਹੋ ਤਾਂ ਪ੍ਰੋਪਰ ਬੇਸ ਵੀ ਤਿਆਰ ਕਰ ਸਕਦੇ ਹੋ, ਜਿੱਦਾਂ ਦਾ ਤੁਹਾਡੇ ਫੇਸ 'ਤੇ ਸੂਟ ਕਰਦਾ। ਅਤੇ ਪੱਗ ਬਿਨਾਂ ਬੇਸ ਤੋਂ ਫੁਲਾਵਟ ਕਰਕੇ ਦਿਖਾਵਾਂਗੇ ਤੁਹਾਨੂੰ। ਅਤੇ ਜ਼ਿਆਦਾ ਆਪਾਂ ਮਿਹਨਤ ਵੀ ਨਹੀਂ ਕਰਨੀ ਪੱਗ ਵਿੱਚ, ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਾਂ ਲਪੇਟਾ ਮਾਰਦੇ ਹੁੰਦੇ ਹਾਂ ਪੱਗ 'ਚ, ਹੈ ਨਾ ਜੀ, ਕਿ ਜਲਦੀ ਜਲਦੀ ਪੱਗ ਬੰਨਦੇ ਹੁੰਦੇ ਹਾਂ, ਉਵੇਂ ਬੰਨਾਂਗੇ ਬਿਲਕੁਲ ਹੀ। ਅਤੇ ਪੱਗ ਦੀ ਸ਼ੇਪ ਤੁਹਾਨੂੰ ਵਧੀਆ ਬਣਾ ਕੇ ਦਿਖਾਵਾਂਗੇ, ਅਤੇ ਵੱਟ ਵੀ ਪ੍ਰੋਪਰ। ਸੋ ਪਹਿਲਾ ਲੜ ਆਪਣਾ ਲੱਗ ਚੁੱਕਿਆ ਜੀ, ਤੁਸੀਂ ਦੇਖ ਸਕਦੇ ਹੋ ਵੱਟ ਕਿੱਦਾਂ ਬਣਾਇਆ ਆਪਾਂ। ਹੁਣ ਆਪਣਾ ਆ ਜੂਗਾ ਦੂਜਾ ਲੜ, ਦੂਜੇ ਲੜ ਸਿਰ ਦੇ ਉੱਤੋਂ ਲਿਆਉਣ ਤੋਂ ਬਾਅਦ ਆਪਾਂ ਨੇ ਉੱਪਰ ਨੂੰ ਰੱਖਣਾ, ਰੱਖਣ ਤੋਂ ਬਾਅਦ ਆਪਾਂ ਨੇ ਨਾਲ ਤਰ੍ਹਾਂ ਪਿੰਚ ਕਰ ਦੇਣਾ। ਪਿੰਚ ਕਰਨ ਤੋਂ ਬਾਅਦ ਆਪਣੇ ਵੱਟ ਬਣ ਜਾਣਗੇ, ਜਿਹੜੇ ਜਿਵੇਂ ਦੇ ਵੱਟ ਬਣਦੇ ਨੇ ਉਵੇਂ ਹੀ ਉੱਦਾਂ ਰਹਿਣ ਦਿਓ, ਕੋਈ ਦਿੱਕਤ ਵਾਲੀ ਗੱਲ ਨਹੀਂ ਆ। ਕਿਉਂਕਿ ਮੇਨ ਜਿਹੜੇ ਆਪਣੇ ਪਹਿਲੇ ਦੋ ਲੜ ਨੇ, ਉਹਨਾਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਪੂਰੀ ਪੱਗ ਨਾਲ, ਮੇਨ ਉਹ ਸ਼ੇਪ ਦੇ ਮੈਟਰ ਕਰਦੀ ਹੁੰਦੀ ਅੱਗੇ ਜਾ ਕੇ। ਸੋ ਉਹਨਾਂ ਨੂੰ ਆਪਾਂ ਜਿੱਦਾਂ ਦਾ ਲੱਗਣਾ ਲਗਾ ਲੈਣਾ। ਇਹ ਚੀਜ਼ ਜ਼ਰੂਰ ਦੇਖਿਆ ਕਰੋ, ਜਿਵੇਂ ਮੈਂ ਹੁਣ ਪੱਗ ਨੂੰ ਦਬਾਇਆ ਸੀਗਾ, ਹੈ ਨਾ ਜੀ, ਤਾਂ ਤੁਸੀਂ ਹੱਥ ਦੀ ਮਦਦ ਨਾਲ ਪੱਗ ਨੂੰ ਦਬਾ ਲਿਆ ਕਰੋ ਸੈਂਟਰ 'ਚ। ਇਹਦੇ ਨਾਲ ਥੋੜ੍ਹੀ ਜਿਹੜੀ ਪੱਗ ਦੀ ਸ਼ੇਪ ਹੁੰਦੀ ਆ ਉਹ ਹੋਰ ਜ਼ਿਆਦਾ ਨਿਗਰ ਕੇ ਆਉਂਦੀ ਆ ਬਾਹਰ। ਸੋ ਦੋ ਲੜ ਆਪਣੇ ਲੱਗ ਚੁੱਕੇ ਨੇ ਜੀ ਬਹੁਤ ਸੋਹਣੇ ਤਰੀਕੇ ਨਾਲ, ਹੁਣ ਆਪਾਂ ਲਗਾਵਾਂਗੇ ਤੀਜਾ ਲੜ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਚਾਹੁੰਦੇ ਹੋ ਫ੍ਰੀ ਸਟਾਈਲ ਦਸਤਾਰ ਸਿੱਖਣੀ ਬਿਲਕੁਲ ਸੌਖੇ ਤਰੀਕੇ ਨਾਲ। ਹੁਣ ਆਪਣਾ ਤੀਜਾ ਲੜ ਆਜੂਗਾ ਜੀ, ਤੀਜਾ ਲੜ ਵੀ ਆਪਾਂ ਸਿੰਪਲ ਹੀ ਲੈ ਕੇ ਆਉਣਾ ਉਸ ਤਰੀਕੇ ਨਾਲ, ਸੈਂਟਰ ਵਿੱਚੋਂ ਫੜਾਂਗੇ। ਫੜਨ ਤੋਂ ਬਾਅਦ ਆਪਾਂ ਹਲਕੇ ਹਲਕੇ ਵੱਟ ਬਣਾਉਣੇ ਆ, ਵੱਟ ਬਣਾਉਣ ਤੋਂ ਆਪਾਂ ਨਾਲ ਦੇ ਨਾਲ ਹੀ ਪਿੰਚ ਕਰ ਲੈਣਾ। ਪਿੰਚ ਕਰਨ ਤੋਂ ਬਾਅਦ ਆਪਣੇ ਵੱਟ ਨੇ ਕਾਫੀ ਸਾਰੇ ਬਣ ਜਾਣਗੇ। ਅਤੇ ਮੈਂ ਬਾਕੀ ਤੁਹਾਨੂੰ ਦੱਸ ਦੇਣਾ ਜੀ, ਇਹ ਜਿਹੜੀ ਪੱਗ ਦਾ ਕੱਪੜਾ ਆ ਰੂਬੀਆ ਆ 7.5 ਮੀਟਰ ਪੌਣੇ ਕੱਠ ਹੋਊਗਾ, ਮੇ ਵੀ 7.5 ਤੋਂ 7.5, ਕਿਉਂਕਿ ਪਹਿਲਾਂ 8 ਮੀਟਰ ਸੀਗਾ, ਥੋੜ੍ਹਾ ਜਿਹਾ ਮੈਂ ਕੱਟਿਆ ਆ। ਅਤੇ ਪ੍ਰੋਪਰ ਲੜ ਮੇਰੇ ਪੂਰੇ ਆਉਂਦੇ ਨੇ 6 ਲੜ। ਸੋ ਤੁਸੀਂ 6 ਲੜਾਂ ਦੀ ਪੱਗ ਬੰਨਣਾ ਚਾਹੁੰਦੇ ਹੋ ਤਾਂ ਬੰਨ ਸਕਦੇ ਹੋ, ਅਗਰ ਜਿਹੜੇ ਵੀਰ 5 ਲੜਾਂ ਦੀ ਪੱਗ ਬੰਨਦੇ ਨੇ ਉਹਨਾਂ ਲਈ ਵੀ ਸੇਮ ਹੀ ਮੈਥਡ ਰਹੂਗਾ। 3 ਲੜ ਆਪਣੇ ਲੱਗ ਚੁੱਕੇ ਨੇ ਬਿਲਕੁਲ ਸੋਹਣੇ ਤਰੀਕੇ ਨਾਲ। ਪੱਗ ਆਪਾਂ ਜ਼ਿਆਦਾ ਟਾਈਟ ਨਹੀਂ ਬੰਨਣੀ, ਢਿੱਲੀ ਬੰਨਣੀ ਆ, ਕੋਸ਼ਿਸ਼ ਇਹੀ ਕਰਨੀ ਹੈ। ਅਤੇ ਲੜਾਂ ਨੂੰ ਟਾਈਟ ਲਗਾਉਣਾ, ਸ਼ੇਪ ਨੂੰ ਢਿੱਲਾ ਰੱਖਣਾ, ਤਾਂ ਜੋ ਜਿਹੜੀ ਆਪਣੀ ਸ਼ੇਪ ਹੈ ਉਹ ਫੁਲਾਵਟ ਵਿੱਚ ਆਵੇ ਆਟੋਮੈਟਿਕਲੀ। ਮੈਂ ਇਸ ਪੱਗ ਵਿੱਚ ਕੋਈ ਵੀ ਕੱਪੜਾ ਐਕਸਟਰਾ ਨਹੀਂ ਯੂਜ਼ ਕਰ ਰਿਹਾ, ਤੁਸੀਂ ਐਂਡ ਤੱਕ ਦੇਖਿਓ ਵੀਡੀਓ ਨੂੰ, ਤੁਹਾਨੂੰ ਪਤਾ ਲੱਗ ਜਾਏਗਾ। ਇਹ ਪੱਗ ਦੀ ਫੁਲਾਵਟ ਉੱਦਾਂ ਹੀ ਆ ਜੂਗੀ, ਕਿਉਂਕਿ ਰੂਬੀਆ ਪੱਗ ਪਹਿਲਾਂ ਹੀ ਕਾਫੀ ਫੁਲਾਵਟ ਵਿੱਚ ਆਉਂਦੀ ਹੁੰਦੀ ਹੈ। ਹੁਣ ਆਪਾਂ ਚੌਥਾ ਲੜ ਲਗਾਉਣਾ ਜੀ, ਚੌਥਾ ਲੜ ਵੀ ਸੇਮ ਤਰੀਕੇ ਨਾਲ ਲਗਾਉਣਾ, ਹਲਕੇ ਹਲਕੇ ਆਪਾਂ ਜਿਹੜੇ ਵੱਟ ਬਣਾ ਲੈਣੇ ਆ ਪਿੰਚ ਕਰਨ ਤੋਂ ਬਾਅਦ, ਜਿਹਦੇ ਦੇ ਬਣਦੇ ਉੱਦਾਂ ਦੇ ਬਣਾ ਲੈਣੇ ਆ। ਬਾਕੀ ਜੇ ਇਹ ਪੱਗ ਦੀ ਪੂਣੀ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਮਿਲ ਜੂਗਾ ਲਿੰਕ ਜੀ ਡਿਸਕ੍ਰਿਪਸ਼ਨ ਵਿੱਚ, ਤੁਸੀਂ ਦੇਖ ਸਕਦੇ ਹੋ। ਪੱਗ ਨੂੰ ਪੂਰਾ ਦਬਾ ਲੈਣਾ, ਤੁਸੀਂ ਦੇਖ ਸਕਦੇ ਹੋ ਮੈਂ ਕਿਵੇਂ ਦਬਾ ਰਿਹਾ, ਉਸ ਤਰੀਕੇ ਨਾਲ ਦਬਾਉਣਾ ਆਪਾਂ। ਕਿਉਂਕਿ ਜੇਕਰ ਤੁਸੀਂ ਮੇਰੇ ਵਰਗੀ ਸੇਮ ਸ਼ੇਪ ਤਿਆਰ ਕਰਨਾ ਚਾਹੁੰਦੇ ਹੋ ਨਾ, ਤਾਂ ਤੁਹਾਨੂੰ ਅਗਰ ਸੋਹਣੀ ਲੱਗਦੀ ਇੱਦਾਂ ਦੀ ਸ਼ੇਪ, ਤਾਂ ਤੁਸੀਂ ਪੱਗ ਨੂੰ ਦਬਾਇਓ ਜਿੰਨਾ ਹੋ ਸਕਦਾ ਸੈਂਟਰ 'ਚੋਂ, ਉਨੀ ਹੀ ਜ਼ਿਆਦਾ ਫਲਾਵਟ ਵਿੱਚ ਆਊਗੀ ਪੱਗ। ਜਦੋਂ ਆਪਾਂ ਸੈਂਟਰ 'ਚ ਪੱਗ ਨੂੰ ਦਬਾਉਂਦੇ ਹੁੰਦੇ ਨਾ ਜੀ, ਤਾਂ ਉਹਦਾ ਜਿਹੜਾ ਕੱਪੜਾ ਹੁੰਦਾ ਉਹ ਸਾਈਡ 'ਤੇ ਆ ਜਾਂਦਾ ਹੁੰਦਾ ਤਕਰੀਬਨ, ਤਾਂ ਪੱਗ ਫਲਾਵਟ ਵਿੱਚ ਆ ਜਾਂਦੀ ਹੁੰਦੀ ਹੈ। ਅਤੇ ਵੈਸੇ ਵੀ ਨੋਕ ਵਾਲੀ ਪੱਗ ਸੋਹਣੀ ਨਹੀਂ ਲੱਗਦੀ ਹੈਗੀ ਫ੍ਰੀ ਸਟਾਈਲ। ਫ੍ਰੀ ਸਟਾਈਲ ਦਾ ਸਾਰ ਜਿਹੜੀ ਸਿੱਧਾ ਲੜ ਲਗਾ ਕੇ ਆਪਾਂ ਬੰਨਦੇ ਹੁੰਦੇ ਹਾਂ, ਉਹ ਸਿੱਧਾ ਹੀ ਇੱਦਾਂ ਹੀ ਸੋਹਣੀ ਲੱਗਦੀ ਹੁੰਦੀ ਗੋਲ ਪੱਗ। 4 ਲੜ ਆਪਣੇ ਲੱਗ ਚੁੱਕੇ ਨੇ, ਹੁਣ ਆਪਣਾ 5ਵਾਂ ਲੜਾਊਗਾ ਜੀ, ਸਿੰਪਲੀ ਉਸੇ ਤਰੀਕੇ ਨਾਲ ਲੈ ਕੇ ਆਉਣਾ। ਬਾਕੀ ਤੁਸੀਂ ਹੋਰ ਵੀਡੀਓਜ਼ ਵੀ ਦੇਖਣਾ ਚਾਹੁੰਦੇ ਹੋ ਟਰਬਨ ਦੇ ਰਿਗਾਰਡਿੰਗ, ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਬਾਕੀ ਰੀਸੈਂਟਲੀ ਮੈਂ ਇੱਕ ਹੋਰ ਵੀ ਵਟਾਂ ਵਾਲੀ ਪੱਗ ਦੀ ਵੀਡੀਓ ਅਪਲੋਡ ਕੀਤੀ ਸੀ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ 5 ਲੜਾਂ ਲਈ, ਜਿਹੜੇ ਵੀਰ 5 ਲੜਾਂ ਲਈ ਪੱਗ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਦੇਖ ਸਕਦੇ ਨੇ। ਰੀਸੈਂਟਲੀ ਮੈਂ ਹਾਲੇ ਕੱਲ੍ਹ ਪਰਸੋਂ ਹੀ ਅਪਲੋਡ ਕੀਤੀ ਸੀ ਲੋਕ ਵੀਡੀਓ। ਹੁਣ ਆਪਣਾ 5ਵਾਂ ਲੜਾਊਗਾ, ਇਹਨੂੰ ਪੂਰਾ ਦਬਾ ਲੈਣਾ ਆਪਾਂ ਲੜ ਨੂੰ। ਅਤੇ ਪੱਗ ਜੀ ਬਿਲਕੁਲ ਸੁੱਕੀ ਬਣ ਰਿਹਾ, ਮੈਂ ਕੋਈ ਵੀ ਆਪਾਂ ਮਤਲਬ ਗਿੱਲੀ ਗੁੱਲੀ ਨਹੀਂ ਕੀਤੀ, ਬਿਲਕੁਲ ਵੀ ਇੱਕ ਛਿੱਟਾ ਤੱਕ ਨਹੀਂ ਮਾਰਿਆ ਪੱਗ ਨੂੰ। ਕਿਉਂਕਿ ਜਿਹੜੀ ਫ੍ਰੀ ਸਟਾਈਲ ਪੱਗ ਹੈ ਨਾ ਜੀ, ਮੈਨੂੰ ਸੁੱਕੀ ਜ਼ਿਆਦਾ ਵਧੀਆ ਲੱਗਦੀ ਹੈ, ਇਸ 'ਚ ਫਲਾਵਟ ਜ਼ਿਆਦਾ ਸੋਹਣੀ ਆਉਂਦੀ ਆ। 5ਵਾਂ ਲੜ ਜੀ ਆਪਾਂ ਉੱਦਾਂ ਹੀ ਲੈ ਕੇ ਆਉਣਾ, ਲਿਆਉਣ ਤੋਂ ਬਾਅਦ ਪਿੰਚ ਕਰਾਂਗੇ, ਸੈਂਟਰ 'ਚ ਫੜ ਲੈਣਾ, ਦਬਾ ਲਾਂਗੇ ਪੱਗ ਨੂੰ ਫਿਰ ਤੋਂ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਦਬਾਇਆ ਸੀਗਾ। ਸੈਂਟਰ 'ਚ ਜਿਹੜੀ ਆਪਣੀ ਪੱਗ ਦੀ ਨੋਕ ਹੈ ਉਹਨੂੰ ਬਿਲਕੁਲ ਦਬਾ ਕੇ ਆਪਾਂ ਪੱਗ ਦੀ ਸ਼ੇਪ ਬਣਾਵਾਂਗੇ। ਹੱਥਾਂ ਦੀ ਪੋਜੀਸ਼ਨ ਨੂੰ ਧਿਆਨ ਵਿੱਚ ਰੱਖਣਾ ਪੂਰੀ ਵੀਡੀਓ ਵਿੱਚ, ਸਭ ਤੋਂ ਖਾਸ ਗੱਲ ਇਹੀ ਆ ਕਿ ਜਿਵੇਂ ਦੇ ਮੇਰੇ ਮੈਂ ਹੱਥ ਰੱਖ ਰਿਹਾ ਸੇਮ ਤੁਸੀਂ ਉਵੇਂ ਪੋਜੀਸ਼ਨ ਰੱਖਣੀ ਆ, ਉਸੇ ਤਰੀਕੇ ਨਾਲ ਪ੍ਰੈਸ ਕਰਨਾ ਪੱਗ ਨੂੰ ਉਸੇ ਜਗ੍ਹਾ ਤੋਂ। ਹੁਣ ਤੁਸੀਂ ਦੇਖ ਸਕਦੇ ਹੋ ਪੱਗ ਦੀ ਥੋੜ੍ਹੀ ਨੋਕ ਹੈਗੀ ਹਾਲੇ, ਬਟ ਆਪਾਂ ਥੋੜ੍ਹੀ ਸੈੱਟ ਕਰ ਲਾਂਗੇ ਅੱਗੇ ਜਾ ਕੇ, ਥੋੜ੍ਹੀ ਥੋੜ੍ਹੀ ਨੋਕ ਆਪਣੀ ਹੈਗੀ ਆ ਪੱਗ ਦੀ। ਬਾਕੀ ਆ ਜਗ੍ਹਾ ਤੋਂ ਆਪਾਂ ਲੜਨ ਨੂੰ ਪੂਰਾ ਖਿੱਚ ਲਾਂਗੇ, ਅਗਰ ਤੁਹਾਡੇ ਵੀ ਐਵੇਂ ਵੱਟ ਪੈ ਜਾਂਦੇ ਨੇ ਤੁਸੀਂ ਵੀ ਖਿੱਚ ਸਕਦੇ ਹੋ। ਵੈਸੇ ਮੈਂ ਲੜਨ ਨੂੰ ਖੋਲ੍ਹ ਕੇ ਵੀ ਲਗਾ ਸਕਦਾ ਸੀ, ਬਟ ਮੈਂ ਇਹ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ, ਅਗਰ ਤੁਹਾਡੇ ਤੋਂ ਦੁਬਾਰਾ ਲੜ ਨਹੀਂ ਲੱਗਦਾ ਤੁਸੀਂ ਇਸ ਤਰੀਕੇ ਨਾਲ ਵੀ ਸੈੱਟ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੁੰਦਾ। ਕਿਉਂਕਿ ਜਿਹੜੀ ਆਪਣੀ ਫ੍ਰੀ ਸਟਾਈਲ ਦਸਤਾਰ
प्रोपरली एक्सप्लेन कर पावा मैं कली कली गल जी। तो हूँ अपना पंजवा लड़ आजूगा जो अपने पग का आखिरी लड़ है। इस तो बाद अपना जो एक होर इस तो बाद कलगी वाला लड़ होगा वो भी लगावे अपना। हूँ इस तो बाद आप आवेंगे जी छे लड़ते, छेवें लड़ में उस तरीके आप सेंटर चो पिंच करेंगे। पिंच करने तो बाद लड़ने पूरा प्रोपरली दबा लेना जी, क्योंकि यही पग जी अपनी शेप है ना यही लड़न ज़्यादातर मैटर करूगी अपनी। सो दबा लेना आप प्रोपरली डब्बी मूरों की ता जो पग अपनी होर सोहनी लगनी स्टार्ट हो जाए। हूँ तुम देख सकते हो अपनी पग की शेप बहुत सोहने तरीके तैयार हो चुकी है। अगर आप ये उपर सीधा लड़ लगावे तो ही सोना लगेगा, जो आप लड़न मोड़ के लगावे तो ही अपना सोहना लगेगा। सो ये चीज़ बहुत ज़्यादा सोहनी लगती होंगी जब आप पग में दबा लेंगे उन्हें सेंटर चो तो पग की शेप होर सोहनी लगनी स्टार्ट हो जाती है। वैसे मैं पग में चाहता तो मैं होर भी दबा सकता, कुछ ज़्यादा भी जिन्ना मर्जी दबा सकते हैं आप, जिन्ना तुम चाहो उन्ना दबा सकते हो। बाकी फ्लावर तुम देख सकते हो बिना कोई मतलब कपड़ा यूज़ किए एक्स्ट्रा फ्लावर बहुत सोहनी आ गई है, क्योंकि पग अपनी रूबी है ये भी चीज़ होंगी है मेन। बाकी कई वीर तो ना जी रूबिया से भी नहीं मतलब फ्लावर आ पाती, तो वो ये ट्रिक जरूर जो मैं थोड़ी ज्यादा दस रहा इसमें यह जरूर फॉलो करना, क्योंकि ये थोड़ी पग में फ्लावर जरूर आऊगी। मैं हमेशा इदा ही फ्लावर करता हूँ जी, मैं कभी एक्स्ट्रा कपड़ा नहीं यूज़ करता। मैं स्टार्टिंग जो पग बुन स्टार्ट किया बटन वाली उदो मैंने थोड़ा टाइम लिए कपड़ा यूज़ किया, बट मैं हौली हौली करते कपड़ा बंद करता यूज़ करना, क्योंकि कपड़े कई बार इदा होंगे कि पग जिमें मतलब ज़्यादा टाइम बनना ना तो कई बार सिर दुखना आ जाता। कई वीर काफ़ी कॉमेंट्स आते हैं मैनू, क्योंकि बेस टाइट होंगे ना, तो करके जिन्ना अपना बेस कंफर्टेबल होगा पग आप चाहे पूरा दिन बन के रखा बिल्कुल भी 1% भी अपना जो हैड पेन नहीं होंगे। सो बेस में बिल्कुल सही रखा करो। शेप तुम देख सकते हो किन्ने सोहने तरीके तैयार हो चुकी है जी अपनी। बाकी मैनू इदा की शेप बहुत सोहनी लगती है। वैसे मैं 5 लड़ा की पग बनने लग गया हूँ, थोड़ी वड्डी पग मैं नहीं बनता, बट मैं थोड़े लिए ज़्यादातर वड्डी पग ही बन के दिखाना हूँ। हूँ अपना लास्ट लड़ा लड़ा जूगा जी, सीधा लैके आना बिल्कुल ही। बाकी मैं मोड़ के लड़ नहीं लगाया है वीडियो में, बिल्कुल सीधा लड़ लगाया, क्योंकि शेप उदा नहीं सी, थोड़ा सीधा लड़ ज़्यादा सोहना लगना सी। मोड़ के लगाना चाहो लगा सकते हो, थोड़ी मर्जी है जी। बाकी सीधा लड़ बहुत सोहना लगेगा ये पग में, क्योंकि जो अपने थले वाले वट ने जड़ तो जिम्मे माड़े मोटे खराब होए होंगे वो लुक जाएंगे ये ना एक जी, तो नाले सीधा लड़ जो टिका रहा पूरा दिन खिसकता नहीं है बिल्कुल भी, तो पग में भाज बिल्कुल मूव कर सकते हैं। हूँ तुम देख सकते हो फ्लावर अपनी कितनी सोहनी लग रही है पग में, फाइनल टच अपना आ चुक है पग का। उत्ते पग पीना लगाने चाहो लगा सकते हो। वैसे मैं ये जी दस्तार होंगी है जी ये पग पीना बहुत ही घट यूज़ करता हूँ, क्योंकि कपड़ा एक्स्ट्रा उपर सेंटर में आप कर सकते हैं एडजस्ट, कोई दिक्कत नहीं होंगी। बाकी कमेंट करके जरूर दसना जी थोड़ा पग कि नहीं लगी, तो वीडियो में कुछ भी सीखने मिलता तो भरा बन के वीडियो शेयर कर दिया करो लाइक करने के नाल। एक थोड़े शेयर नाल यार जेडे भरावान अपने दस्तार नहीं बनने आती उन्होंने कुछ ना कुछ हैल्प जरूर होंगी होंगी है। तो पग अपनी काफ़ी सोहने तरीके तैयार हो चुकी है। तो चाहो तो इस हाले बहुत कुछ सैट हो सकता पग में, तो ज़्यादा मैं कुछ नहीं छेड़िया, क्योंकि जेडे मेरे भरा वीडियोज़ देखते हैं तकरीबन मेरे भरा बिगिनर्स होंगे ने, तो मैं उन्होंने यही कहना हूँ कि मतलब सौखे तो सौखा तरीका लिया की कोशिश करा। सो बिल्कुल सौखा ही बनया, मैं कुछ ज़्यादा मेहनत नहीं की। थोनू स्टार्टिंग औखा लगेगा बट तुम अगर प्रैक्टिस करोगे तो तुम भी सीख जाओगे प्रोपरली दस्तार बननी। बाकी हूँ आप सिर ढक लेना जी उपरों की लड़ में खिंच के, सिर ढकन तो बाद अपनी दस्तार बिल्कुल कंप्लीट हो जूगी। बाकी होर वीडियोज़ तुम कि टॉपिक से देखना चाहते हो, या बटन वाली पग में होर कि चीज़ें देखना चाहते हो, या कोई भी वीडियोज़ देखना चाहते हो तो कमेंट बॉक्स में जरूर दस्या करो जी। कमेंट बॉक्स थोड़े लिए ही हों मेरे भरा, काफ़ी वीर जे कमेंट करते भी ने, जे नहीं करते भी करो। सो मिलते हैं जल्द नवी वीडियो नाल, धन्यवाद।